ਸਾਹਿਬ ਦੀ ਜੇਲ੍ਹ ਵਿੱਚ ਹੋਏ ਗੈਂਗਵਾੜ ਤੋਂ ਬਾਅਦ ਗੈਂਗਸਟਰ ਮਨਦੀਪ ਤੂਫਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ ਦੱਸਿਆ ਕਿ ਪਾਰੀ ਸੁਰੱਖਿਆ ਹੇਠ ਇਹ ਸੰਸਕਾਰ ਕੀਤਾ ਗਿਆ ਹੈ ਤੇ ਪਰਿਵਾਰ ਦਾ ਰੋ ਰੋ ਕੇ ਇਸ ਵੇਲੇ ਬੁਰਾ ਹਾਲ ਸੀ ਦੱਸਿਆ ਕਿ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਜੋ ਮਨਦੀਪ ਤੂਫਾਨ ਹੈ ਉਹ ਗੈਂਗਸਟਰ ਨਹੀਂ ਬਲਕਿ ਫੌਜ ਚ ਭਰਤੀ ਹੋਣਾ ਚਾਹੁੰਦਾ ਸੀ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪਰ ਹਾਲਾਤਾਂ ਨੇ ਉਸ ਨੂੰ ਗੈਂਗਸਟਰ ਬਣਾ ਦਿੱਤਾ ਪਰਿਵਾਰ ਦਾ ਇਸ ਸਮੇਂ ਰੋ ਰੋ ਕੇ ਬੁਰਾ ਹਾਲ ਸੀ ਦੱਸਦੀ ਹੈ ਕਿ ਪਰਿਵਾਰ ਨੇ ਪਿਤਾ ਨੇ ਜੋ ਮਨਦੀਪ ਤੂਫਾਨ ਦੇ ਪਿਤਾ ਨੇ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਖਾਤ੍ਹਾ ਜਤਾਇਆ ਸੀ ਕਿ ਪੁਲਿਸ ਉਸ ਦਾ ਐਨਕਾਊਂਟਰ ਕਰ ਸਕਦੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਪਹਿਲਾਂ ਵੀ ਜੇਲ੍ਹ ਦੇ ਅੰਦਰ ਲੜਾਈ ਹੋਈ ਸੀ ਤਾਂ ਉਹਨਾਂ ਨੇ ਉਹਨਾਂ ਨੂੰ ਅਲੱਗ ਬੈਰਕਾਂ ਦੇ ਵਿੱਚ ਮਨਦੀਪ ਤੂਫਾਨ ਨੂੰ ਅਲੱਗ ਬੈਰਕ ਦੇ ਵਿੱਚ ਰੱਖਣ ਲਈ ਕਿਹਾ ਸੀ ਪਰ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਦੀ ਨਹੀਂ ਸੁਣੀ ਤੇ ਜੇਲ੍ਹ ਪ੍ਰਸ਼ਾਸਨ ਦੀ ਨੈਲੈਕੀ ਹੈ ਕਿ ਜੋ ਉਹਨਾਂ ਦਾ ਪੁੱਤ ਅਜਿ ਇਸ ਦੁਨੀਆ ਦੇ ਵਿੱਚ ਨਹੀਂ ਹੈ ਦੱਸਦੀ ਹੈ ਕਿ ਗੋਇੰਦਵਾਲ ਸਾਹਿਬ ਦੀ ਜੇਲ੍ਹ ਦੇ ਵਿੱਚ ਗੈਂਗਵਰ ਹੋਈ ਸੀ ਤੇ ਉਸ ਤੋਂ ਬਾਅਦ ਦੱਸਦੀ ਹੈ ਕਿ ਮਨਦੀਪ ਤੂਫਾਨ ਦੀ ਮੌਤ ਹੋ ਗਈ ਸੀ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਖੇ ਬੀਤੇ ਕੱਲ ਗੈਂਗਵਾੜ ਚ ਮਾਰੇ ਗਏ ਗੈਂਗਸਟਰ ਮਨਦੀਪ ਸਿੰਘ ਉਰਫ ਤੂਫਾਨ ਦਾ ਅੰਤਿਮ ਸੰਸਕਾਰ ਬਟਾਲਾ ਵਿਖੇ ਕੀਤਾ ਗਿਆ ਹੈ ਗੈਂਗਸਟਰ ਤੂਫਾਨ ਦਾ ਅੰਤਿਮ ਸੰਸਕਾਰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਕੀਤਾ ਗਿਆ ਜਦਕਿ ਮਨਦੀਪ ਸਿੰਘ ਮੁਹੱਲਾ ਸੁੰਦਰ ਨਗਰ ਬਟਾਲਾ ਦਾ ਰਹਿਣ ਵਾਲਾ ਸੀ ਤੇ ਮਨਦੀਪ ਦੇ ਪਰਿਵਾਰ ਚ ਉਸਦੇ ਮਾਤਾ ਪਿਤਾ ਇੱਕ ਭਰਾ ਜੋ ਵਿਦੇਸ਼ ਵਿੱਚ ਰਹਿੰਦਾ ਹੈ ਤੇ ਮਨਦੀਪ ਦੀ ਪਤਨੀ ਅਤੇ ਦੋ ਛੋਟੇ ਬੱਚੇ ਤੇ ਇੱਕ ਬੇਟਾ ਅਤੇ ਬੇਟੀ ਸੰਦਾ ਸੀ ਹੈ ਕਿ ਮਨਦੀਪ ਤੂਫਾਨ ਦੇ ਦੋ ਬੱਚੇ ਸਨ ਉਸ ਦਾ ਇੱਕ ਬੇਟਾ ਤੇ ਇੱਕ ਬੇਟੀ ਸੰਨ ਤੇ ਉਸ ਦਾ ਇੱਕ ਭਰਾ ਵੀ ਸੀ ਜੀ ਕਿ ਵਿਦੇਸ਼ ਵਿੱਚ ਰਹਿੰਦਾ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਾਤ ਦਾ ਸੀ ਕਿ ਬੀਤੇ ਦਿਨੀ ਵੀ ਜੋ ਮਨਦੀਪ ਤੂਫਾਨ ਦੇ ਪਿਤਾ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਉਹ ਜੇਲ੍ਹ ਦੇ ਬਾਹਰ ਖੜੇ ਹੋ ਕੇ ਜੇਲ੍ਹ ਪ੍ਰਸ਼ਾਸਨ ਨੂੰ ਦੱਸਦੀ ਹੈ ਕਿ ਬਦਸੀਸਾ ਦੇ ਰਹੇ ਸਨ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੇ بیٹے ਨੂੰ ਜੋ ਹੈ ਜੇਲ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਨੇ ਮਿਲੀ ਭਗਤ ਦੇ ਨਾਲ ਮਰਵਾਇਆ ਹੈ ਉਹਨਾਂ ਦਾ ਪੁੱਤ ਆਪ ਨੇ ਹੀ ਮਰਿਆ ਦੱਸਦੀ ਹੈ ਕਿ ਬੀਤੇ ਦਿਨੀ ਇੱਕ ਵੱਡਾ ਬਵਾਲ ਦੇਖਣ ਨੂੰ ਮਿਲਿਆ ਸੀ ਗੋਇੰਦਵਾਲ ਜੇਲ ਦੇ ਵਿੱਚ ਹੋਈ ਗੈਂਗਵਾਰ ਤੋਂ ਬਾਅਦ ਦੱਸਦੀ ਹੈ ਕਿ ਜੱਗੂ ਭਗਵਾਨਪੁਰੀਆ ਗੈਂਗ ਟਿਲ ਬਿਸ਼ਨੋਈ ਗੈਂਗ ਆਪਸ ਵਿੱਚ ਆਹਮੋ ਸਾਹਮਣੇ ਹੁੰਦੇ ਨਜ਼ਰ ਆਏ ਸਨ ਇਸ ਦਾ ਦੱਸਦੀ ਹੈ ਕਿ ਇਸ ਪੂਰੇ ਗੈਂਗਵਾਰ ਦੀ ਜ਼ਿੰਮੇਵਾਰੀ ਵੀ ਜੋ 골ਡੀ ਬਰਾੜ ਨੇ ਲਈ ਸੀ ਇੱਕ ਪੋਸਟ ਪਾ ਕੇ ਸੋਸ਼ਲ ਮੀਡੀਆ ਤੇ ਉਸਨੇ ਪੋਸਟ ਪਾਈ ਸੀ ਤੇ ਉਸ ਦੇ ਵੱਲੋਂ ਕਿਹਾ ਗਿਆ ਸੀ ਕਿ ਇਸ ਪੂਰੀ ਗੈਂਗਵਾਰ ਦੇ ਲਈ ਉਹ ਜ਼ਿੰਮੇਵਾਰ ਹੈ ਉਸਨੇ ਪੂਰੀ ਗੈਂਗਵਾਰ ਕਰਵਾਈ ਹੈ ਤੇ ਇਹਨਾਂ ਦੋਵਾਂ ਨੂੰ ਦੱਸਿਆ ਕਿ ਦੋਵੇਂ ਗੈਂਗਸਟਰ ਜਿਹੜੇ ਸੁਚ ਮਾਰੇ ਗਏ ਸਨ ਉਹਨਾਂ ਨੂੰ ਮਰਵਾਇਆ ਹੈ ਕਿਉਂਕਿ ਦੱਸ दिया ਉਹਨਾਂ ਦਾ ਕਹਿਣਾ ਸੀ ਕਿ ਉਹ ਉਹਨਾਂ ਦੇ ਖਿਲਾਫ ਜਾ ਰਹੇ ਸਨ ਤਾ ਜਗੂ ਭਗਵਾਨਪੂਰੀਆ ਗੈਂਗ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਸੰਦੀਪ ਤੂਫਾਨ ਤੇ ਸਿੱਧੂ ਮੂਸੇਵਾਲਾ ਕਤਲकांड ਤੇ ਵਿੱਚ ਦੱਸਦੀ ਹੈ ਕਿ ਦੋਸ਼ੀ ਸੀ ਮਨਦੀਪ ਤੂਫਾਨ ਸਿੱਧੂ ਮੂਸੇਵਾਲਾ ਦਾ ਜਦੋਂ ਕਤਲ ਹੁੰਦਾ ਤਾਂ ਮਨਦੀਪ ਤੂਫਾਨ ਤੇ ਵੀ ਇਲਜ਼ਾਮ ਲੱਗਦੇ ਨੇ ਤਾਂ ਦੱਸਦੀ ਹੈ ਕਿ ਉਸ ਦੇ ਵਿੱਚ ਦੋਸ਼ੀ ਸੀ ਤਾਂ ਉਸ ਤੋਂ ਬਾਅਦ ਜੋ ਬੀਤੇ ਦਿਨੀ 골ਡੀ ਬਰਾੜ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ ਤਾਂ ਉਸ ਤੋਂ ਬਾਅਦ ਭਗਵਾਨਪੂਰੀਆ ਗੈਂਗ ਦਾ ਵੀ ਜੋ ਸੋਸ਼ਲ ਮੀਡੀਆ ਪੋਸਟ ਸਾਹਮਣੇ ਆਈ ਸੀ ਉਹਨਾਂ ਦਾ ਕਹਿਣਾ ਸੀ ਕਿ ਕਤਲ ਦੇ ਬਦਲੇ ਕਤਲ ਜੋ ਕੀਤਾ ਜਾਵੇਗਾ ਉਹਨਾਂ ਨੂੰ ਪਾਰੀ ਜੋ ਨੁਕਸਾਨ ਹੋਇਆ ਇਸ ਮੌਤ ਤੋਂ ਬਾਅਦ ਗੈਂਗਵਾੜ ਤੋਂ ਬਾਅਦ ਜੋ ਉਹਨਾਂ ਦੇ ਦੋ ਗੁਰਗੇ ਮਾਰੇ ਗਏ ਸਨ ਉਸ ਤੋਂ ਬਾਅਦ ਉਹਨਾਂ ਨੂੰ ਜੋ ਹੈ ਭਾਰੀ ਨੁਕਸਾਨ ਹੋਇਆ ਹੈ ਤਾਂ ਭਗਵਾਨਪੁਰੀਆ ਗੈਂਗ ਦਾ ਕਹਿਣਾ ਸੀ ਕਿ ਉਸ ਦਾ ਬਦਲਾ ਜ਼ਰੂਰ ਲਿਆ ਜਾਵੇਗਾ ਤੇ ਗੋਲਡੀ ਬਰਾੜ ਕੈਨੇਡਾ ਵਿੱਚ ਜੋ ਵੱਡਾ ਗੈਂਗਸਟਰ ਪੰਜਾਬ ਦਾ ਬੈਠਾ ਹੋਇਆ ਉਸ ਦੇ ਵੱਲੋਂ ਜੋ ਬਿਸ਼ਨੋਈ ਗੈਂਗ ਦੇ ਨਾਲ ਸੰਬੰਧਤ ਸੰਬੰਧ ਰੱਖਦਾ ਹੈ ਉਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜ਼ਿੰਮੇਵਾਰੀ ਲਈ ਗਈ ਸੀ ਕਿ ਉਸਨੇ ਹੀ ਇਹਨਾਂ ਦੋਵਾਂ ਨੂੰ ਜੋ ਹੈ ਮਰਵਾਇਆ ਹੈ ਜੇਲ੍ਹ ਦੇ ਅੰਦਰ ਤਾਂ ਦੱਸਦੀ ਹੈ ਕਿ ਬਿਸ਼ਨੋਈ ਗੈਂਗ ਦੇ ਵੀ ਜੋ ਨੇ 6 ਤੋਂ 7 ਮੈਂਬਰ ਇਸ ਤੇ ਵੀ ਸ਼ਾਮਿਲ ਸਨ 答。当 ਜੋ ਹੈ ਭਗਵਾਨਪੁਰੀਆ ਗੈਂਗ ਦੇ ਦੋ ਗੈਂਗਸਟਰ ਮਾਰੇ ਗਏ ਸਨ ਜਦ ਕਿ ਇੱਕ ਕੇਸ਼ਵ ਜੋ ਹੈ ਗੈਂਗਸਟਰ ਉਹ ਜ਼ਖਮੀ ਦੱਸਿਆ ਜਾ ਰਿਹਾ ਹੈ ਦੱਸ ਦਈਏ ਕਿ ਮਨਦੀਪ ਤੂਫਾਨ ਦਾ ਹੁਣ ਅੰਤਮ ਸੰਸਕਾਰ ਕੀਤਾ ਗਿਆ ਹੈ ਪਰਿਵਾਰ ਜੋ ਹੈ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਿਆ ਹੋਇਆ ਸੀ ਪਰਿਵਾਰਕ ਮੈਂਬਰ ਦੋਸਤ ਮਨਦੀਪ ਤੂਫਾਨ ਦੇ ਪਹੁੰਚੇ ਹੋਏ ਸਨ ਤੇ ਆ ਦੋਸਤਾਂ ਦਾ ਵੀ ਇਹ ਕਹਿਣਾ ਸੀ ਕਿ ਮਨਦੀਪ ਜੋ ਸੀ ਉਹ ਇੱਕ ਬਹੁਤ ਹੀ ਦੱਸ ਦਈਏ ਕਿ ਜਨੂਨ ਭਰਿਆ ਨੌਜਵਾਨ ਸੀ ਤੇ ਉਹ ਕਦੇ ਵੀ ਗੈਂਗਸਟਰ ਵਾਦ ਦੀ ਤਰਫ ਜਾਂ ਫਿਰ ਨਸ਼ਿਆਂ ਦੇ ਵੱਲ ਕਦੇ ਵੀ ਨਹੀਂ ਸੀ ਉਹ ਹਮੇਸ਼ਾ ਤੋਂ ਹੀ ਫੌਜ ਜਾਂ ਪੁਲਿਸ ਦੀ ਭਰਤੀ ਦੇ ਵਿੱਚ ਜਾਣਾ ਚਾਹੁੰਦਾ ਸੀ ਪੁਲਿਸ ਦੇ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਸੀ ਆਪਣੇ ਸੂਬੇ ਦੀ ਸੇਵਾ ਕਰਨਾ ਚਾਹੁੰਦਾ ਸੀ ਕਾਨੂੰਨ ਅਮਨ ਸ਼ਾਂਤੀ ਨੂੰ ਜੋ ਹੈ ਕਾਇਮ ਰੱਖਣਾ ਚਾਹੁੰਦਾ ਸੀ ਪਰ ਦੱਸਦੀ ਕਿ ਬੀਤੇ ਦਿਨੀ ਜੋ ਹੈ ਮਨਦੀਪ ਸਿੰਘ ਦੇ ਪਿਤਾ ਦਾ ਵੀ ਬਿਆਨ ਸਾਹਮਣੇ ਆਇਆ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਜੋ ਸਰਕਾਰਾਂ ਨੇ ਜੋ ਪ੍ਰਸ਼ਾਸਨ ਹੈ ਉਹਨਾਂ ਨੇ ਹੀ ਉਸ ਉਹਨਾਂ ਦੇ بیٹے ਨੂੰ ਗੈਂਗਸਟਰ ਬਣਾਇਆ ਸੀ ਤੇ ਹਾਲਾਤਾਂ ਨੇ ਉਸਨੂੰ ਗੈਂਗਸਟਰ ਬਣਾਇਆ ਸੀ ਉਹ ਆਪ ਜੋ ਹੈ ਗੈਂਗਸਟਰ ਨਹੀਂ ਬਣਨਾ ਚਾਹੁੰਦਾ ਸੀ ਉਹ ਆਪ ਫੌਜ ਵਿੱਚ ਪੜਤੀ ਹੋਣਾ ਚਾਹੁੰਦਾ ਸੀ ਪੁਲਿਸ ਦੇ ਵਿੱਚ ਪੜਤੀ ਹੋਣਾ ਚਾਹੁੰਦਾ ਸੀ ਪਰ ਹਾਲਾਤਾਂ ਨੇ ਉਸਨੂੰ ਗੈਂਗਸਟਰ ਬਣਾ ਦਿੱਤਾ ਤਾਂ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਜੋ ਹੈ ਸੋਗ ਦੀ ਲਹਿਰ ਦੇਖੀ ਗਈ ਤਾਂ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਰਿਵਾਰ ਦਾ ਜੋ ਰੋ ਰੋ ਕੇ ਬੁਰਾ ਹਾਲ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਤਾਂ ਇਸ ਦੇ ਨਾਲ ਹੀ ਸੁਰੱਖਿਆ ਦੇ ਵੀ ਜੋ ਪੁਖਤਾ ਪ੍ਰਬੰਧ ਕੀਤੇ ਗਏ ਸਨ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿ ਕੋਈ ਅਣਸੁਖਾਵੀ ਘਟਨਾ ਜੁਆਥ ਨਾ ਵਾਪਰ ਜਾਵੇ ਕਿਉਂਕਿ ਦੱਸਿਆ ਕਿ ਜੋ ਦੋ ਗੈਂਗ ਪੰਜਾਬ ਦੇ ਜੋ ਮੰਨੀਆਂ ਗੈਂਗਾ ਨੇ ਦੱਸਿਆ ਕਿ ਬਿਸ਼ਨੋਈ ਗੈਂਗ ਤੇ ਭਗਵਾਨਪੁਰੀਆ ਗੈਂਗਾ ਆ ਮੋ ਸਾਹਮਣੇ ਇਸ ਗੈਂਗਵਾਰ ਤੋਂ ਬਾਅਦ ਦਿਖਾਈ ਦੇ ਰਹੀਆਂ ਨੇ ਤੇ ਉਹਨਾਂ ਦੇ ਬੁਲ ਲੈ ਦੂਸਰੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਤਾਂ ਭਗਵਾਨਪੁਰੀਆ ਗੈਂਗ ਦਾ ਵੀ ਕਹਿਣਾ ਸੀ ਕਿ ਕਤਲ ਦੇ ਬਦਲੇ ਜੋ ਹੈ ਕਤਲ ਹੋਵੇਗਾ ਤਾਂ ਗੈਂਗਵਾਰ ਦਾ ਵੀ ਖੱਛਾ ਜਤਾਇਆ ਜਾ ਰਿਹਾ ਸੀ ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਪਰ ਹਾਲਾਂਕਿ ਮਨਦੀਪ ਤੂਫਾਨ ਦਾ ਜੋ ਹੈ ਪਰਿਵਾਰ ਦੇ ਵਿੱਚ ਇੱਕ ਗਮਗੀਨ ਮਾਹੌਲ ਦੇ ਵਿੱਚ ਜੋ ਹੈ ਅੰਤਿਮ ਸੰਸਕਾਰ ਹੋਇਆ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਦੇਖਣ ਨੂੰ ਮਿਲਿਆ ਹੈ ਪਰਿਵਾਰ ਦਾ ਕਹਿਣਾ ਸੀ ਕਿ ਸਰਕਾਰਾਂ ਨੇ ਪ੍ਰਸ਼ਾਸਨ ਨੇ ਜੋ ਹੈ ਉਹਨਾਂ ਦੇ ਬੇਟੇ ਨੂੰ ਗੈਂਗਸਟਰ ਬਣਵਾਇਆ ਸੀ ਤੇ ਬਾਅਦ ਵਿੱਚ ਹੁਣ ਉਸਨੂੰ ਹੀ ਮਰਵਾ ਦਿੱਤਾ ਚਦਕਿ ਉਸ ਦੇ ਦੋਸਤਾਂ ਦਾ ਕਹਿਣਾ ਸੀ ਕਿ ਉਹ ਬੇहद ਹੀ ਇੱਕ ਜੋਸ਼ ਭਰਿਆ ਨੌਜਵਾਨ ਸੀ ਜਿਸ ਦੇ ਵੱਲੋਂ ਕਦੇ ਵੀ ਕਦੇ ਕੋਈ ਨਸ਼ਾ ਨਹੀਂ ਕੀਤਾ ਜਾਂਦਾ ਸੀ ਜਾਂ ਫਿਰ ਕੋਈ ਹੋਰ ਮਾਸਮੱਚੀ ਕੁਝ ਵੀ ਨਹੀਂ ਖਾਂਦਾ ਸੀ ਉਹ ਇੱਕ ਬੜਾ ਹੀ ਸੁਲਝਿਆ ਹੋਇਆ ਤੇ ਇੱਕ ਜੋਸ਼ੀਲਾ ਨੌਜਵਾਨ ਸੀ ਪਰ ਪਹਿਲਾ ਜੋ ਹੈ ਦੱਸੀ ਕਿ ਉਸਦੇ ਦੋਸਤਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹ ਮਨਦੀਪ ਸਿੰਘ ਸੀ ਤਾਂ ਉਸ ਦੌਰਾਨ ਤਾਂ ਉਸ ਨੂੰ ਸਾਰੇ ਜਾਣਦੇ ਸਨ ਪਰ ਬਾਅਦ ਵਿੱਚ ਜਿਵੇਂ ਹੀ ਉਹ ਮਨਦੀਪ ਤੂਫਾਨ ਬਣਿਆ ਤਾਂ ਉਸ ਤੋਂ ਬਾਅਦ ਉਹ ਹਰ ਕਿਸੇ ਤੋਂ ਦੂਰ ਹੁੰਦਾ ਗਿਆ ਤਾਂ ਗੈਂਗਸਟਰ ਦੀ ਦੱਸੀ ਕਿ ਇਸ ਜੁਰਮ ਦੀ ਦੁਨੀਆ ਦੇ ਵਿੱਚ ਉਹ ਜਾਂਦਾ ਗਿਆ ਤਾਂ ਉਸੇ ਤਰੀਕੇ ਦੇ ਨਾਲ ਆਪਣੇਆਂ ਤੋਂ ਵੀ ਉਹ ਦੂਰ ਹੁੰਦਾ ਗਿਆ ਪਰ ਪਹਿਲਾਂ ਉਹ ਬੇਹਦ ਹੀਕ ਜੋਸ਼ੀਲਾ ਨੌਜਵਾਨ ਸੀ ਜੋ ਕਿ ਪੁਲਿਸ ਪੜ੍ਹਦੀ ਪੁਲਿਸ ਦੇ ਵਿੱਚ ਪੜ੍ਹਦੀ ਹੋਣਾ ਚਾਹੁੰਦਾ ਸੀ ਦੱਸਦੀ ਕਿ ਉਸਦੇ ਦੋਸਤਾਂ ਵੀ ਇਹ ਕਹਿਣਾ ਸੀ ਕਿ ਮਨਦੀਪ ਤੂਫਾਨ ਜੋ ਹੈ ਉਹ ਦੋ ਤਿੰਨ ਦਿਨਾਂ ਦੀ ਦੌੜ ਤੋਂ ਬਾਅਦ ਹੀ ਪੰਜਾਬ ਪੁਲਿਸ ਦੀ ਜੋ ਹੈ ਦੌੜਾ ਦੇ ਵਿੱਚ ਦੱਸਦੀ ਹੈ ਕਿ ਉਸ ਨੂੰ ਕਲੀਅਰ ਕਰ ਲੈਂਦਾ ਸੀ ਪਰ ਉਹਨਾਂ ਦਾ ਕਹਿਣਾ ਸੀ ਕਿ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ ਤੇ ਉਹ ਪੰਜਾਬ ਪੁਲਿਸ ਦੇ ਵਿੱਚ ਪੜਤੀ ਨਹੀਂ ਹੋ ਸਕਿਆ ਹਮੇਸ਼ਾ ਹੀ ਉਹ ਫੌਜ ਦੀ ਪੜਤੀ ਦੇ ਲਈ ਪੰਜਾਬ ਪੁਲਿਸ ਦੀ ਪੜਤੀ ਦੇ ਲਈ ਹਮੇਸ਼ਾ ਹੀ ਜਾ ਕੇ ਪੜਤੀ ਪੜਦਾ ਸੀ ਉਹ ਫੌਜ ਦੀ ਫੌਜ ਦੇ ਵਿੱਚ ਜਾ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਸੀ ਦੱਸਦੀ ਹੈ ਕਿ ਜੋ ਹੈ ਮਨਦੀਪ ਤੂਫਾਨ ਦੇ ਪਿਤਾ ਵੀ ਫੌਜੀ ਦੱਸੇ ਜਾ ਰਹੇ ਨੇ ਰਿਟਾਇਰਡ ਫੌਜੀ ਤੇ ਦੱਸਦੀ ਹੈ ਕਿ ਉਹ ਵੀ ਜੋ ਹੈ ਫੌਜ ਦੇ ਵਿੱਚ ਪੜhti ਹੋਣਾ ਚਾਹੁੰਦਾ ਸੀ ਤਾਂ ਦੱਸਦੀ ਹੈ ਕਿ ਉਸ ਤੋਂ ਬਾਅਦ ਹੁਣ ਜੋ ਹੈ ਉਸ ਦਾ ਗੈਂਗਸਟਰ ਤੇ ਗੈਂਗਸਟਰ ਤੇ ਦੱਸਦੀ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਜੁਰਮ ਦੀ ਦੁਨੀਆ ਦੇ ਵਿੱਚ ਉਸ ਦੀ ਐਂਟਰੀ ਹੋ ਜਾਂਦੀ ਹੈ ਪੁਲਿਸ ਜਾਂ ਫਿਰ ਫੌਜ ਦੇ ਵਿੱਚ ਉਹ ਪੜhti ਨਹੀਂ ਹੋ ਸਕਦਾ ਬਲਕਿ ਜੋ ਹੈ ਜੁਰਮ ਦੇ ਵਿੱਚ ਉਸ ਦੀ ਐਂਟਰੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਸ ਦੇ ਵੱਲੋਂ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਵੀ ਉਸ ਦਾ ਨਾਮ ਸਾਹਮਣੇ ਆਉਂਦਾ ਹੈ ਜਿੱਥੇ ਕਿ ਉਸ ਤੇ ਇਲਜ਼ਾਮ ਲੱਗਦੇ ਨੇ ਕਿ ਸਿੱਧੂ ਮੂਸੇਵਾਲਾ ਕਤਲकांड ਦਾ ਉਸ ਦੇ ਵੱਲੋਂ ਜੋ ਹੈ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਮੰਦੀਪ ਤੂਫਾਨ ਦਾਦ ਅੱਸੀ ਇੱਕ ਅੰਤਿਮ ਸੰਸਕਾਰ ਕੀਤਾ ਗਿਆ ਹੈ ਗਮਗੀਨ ਮਾਹੌਲ ਦੇ ਵਿੱਚ ਤਾਂ ਪਰਿਵਾਰ ਜੋ ਹੈ ਰੋਂਦਾ ਹੋਇਆ ਨਜ਼ਰ ਆਇਆ ਉਸ ਦੇ ਮਾਤਾ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਸੀ ਜਦ ਕੀ ਉਸ ਦੇ ਜੋ ਹੈ ਹੋਰ ਰਿਸ਼ਤੇਦਾਰ ਪਰਿਵਾਰਕ ਮੈਂਬਰ ਵੀ ਉਸਦੇ ਦੱਸਦੀ ਹੈ ਕਿ ਮ੍ਰਿਤਕ ਦੇ ਦੇ ਲਾਗੇ ਖੜੇ ਹੋ ਕੇ ਰੋਂਦੇ ਹੋਏ ਨਜ਼ਰ ਆਏ ਤੇ ਉਹਨਾਂ ਦੇ ਵਿੱਚ ਦੱਸਦੀ ਹੈ ਕਿ ਇੱਕ ਸੋਗ ਦੀ ਲਹਿਰ ਦੇਖੀ ਗਈ ਕਿ ਉਹਨਾਂ ਦਾ ਬੇਟਾ ਹੁਣ ਜੋ ਹੈ ਇਸ ਦੁਨੀਆ ਦੇ ਵਿੱਚ ਨਹੀਂ ਰਹਿ ਗਿਆ ਹਾਲਾਂਕਿ ਜੋ ਹੈ ਮੰਦੀਪ ਤੂਫਾਨ ਦੇ ਪਿਤਾ ਦੇ ਵੱਲੋਂ ਇਹ ਇਲਜ਼ਾਮ ਜ਼ਰੂਰ ਲਗਾਏ ਜਾ ਰਹੇ ਹਨ ਕਿ ਜੇਲ੍ਹ ਪ੍ਰਸ਼ਾਸਨ ਦੀ ਨਲਾਇਕੀ ਦੇ ਕਾਰਨ ਉਹਨਾਂ ਦੇ ਬੇਟੇ ਦੀ ਜਾਨ ਗਈ ਹੈ ਉਹਨਾਂ ਦਾ ਕਹਿਣਾ ਸੀ ਕਿ ਬੀਤੇ ਦਿਨੀ ਵੀ ਦੋ ਤਿੰਨ ਦਿਨ ਪਹਿਲਾਂ ਵੀ ਜੇਲ੍ਹ ਦੇ ਵਿੱਚ ਜੋ ਲੜਾਈ ਹੋਈ ਸੀ ਤੇ ਉਹਨਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਇਹ ਵੀ ਕਿਹਾ ਗਿਆ ਸੀ ਕਿ ਮੰਦੀਪ ਤੂਫਾਨ ਦਾ ਜੋ ਹੈ ਬੈਰਕ ਬਦਲਿਆ ਜਾਵੇ ਪਰ ਜੋ ਹੈ ਉਹ ਬੈਰਕ ਨਹੀਂ ਬਦਲਿਆ ਗਿਆ ਜਿਸ ਕਾਰਨ ਉਹਨਾਂ ਦੇ بیٹے ਦੀ ਹੁਣ ਜਾਨ ਚਲੀ ਗਈ ਹੈ ਤਾਂ ਉਹਨਾਂ ਵੱਡੇ ਇਲਜ਼ਾਮ ਪ੍ਰਸ਼ਾਸਨ ਤੇ ਲਗਾਏ ਨੇ ਤੇ ਇਸ ਦੇ ਨਾਲ ਹੀ ਕਿਹਾ ਹੈ ਕਿ ਉਹਨਾਂ ਦੇ بیٹے ਦੇ ਗੈਂਗਸਟਰ ਬਣਨ ਦੇ ਤੇ ਜੁਰਮ ਦੀ ਦੁਨੀਆ ਵਿੱਚ ਆਉਣ ਦੇ ਵਿੱਚ ਵੀ ਪ੍ਰਸ਼ਾਸਨ ਦਾ ਇੱਕ ਵੱਡਾ ਹੱਥ ਹੈ ਤਾਂ ਗੈਂਗਸਟਰ ਮਨਦੀਪ ਤੂਫਾਨ ਦਾ ਅੰਤਮ ਸੰਸਕਾਰ ਕੀਤਾ ਗਿਆ ਤੇ ਪਰਿਵਾਰ ਨੇ ਜੋ ਹੈ ਪ੍ਰਸ਼ਾਸਨ ਤੇ ਇਲਜ਼ਾਮ ਲਗਾਏ ਨੇ ਜਦਕਿ ਉਸਦੇ ਦੋਸਤਾਂ ਦਾ ਕਹਿਣਾ ਸੀ ਕਿ ਉਹ ਬੇहद ਹੀ ਇੱਕ ਜੋਸ਼ੀਲਾ ਨੌਜਵਾਨ ਸੀ ਜੋ ਕਿ ਗੈਂਗਸ ਗੈਂਗਸਟਰ ਦੇ ਵਿੱਚ ਦੱਸਿਆ ਕਿ ਜੁਰਮ ਦੀ ਦੁਨੀਆ ਦੇ ਵਿੱਚ ਕਦੇ ਵੀ ਨਹੀਂ ਆਉਣਾ ਚਾਹੁੰਦਾ ਸੀ ਪਰ ਹਾਲਾਤਾਂ ਨੇ ਉਸ ਨੂੰ ਅਜਿਹਾ ਕਰ ਦਿੱਤਾ ਕਿ ਉਸ ਨੂੰ ਇੱਥੇ ਆਉਣਾ ਪਿਆ ਤਾਂ ਉਸ ਤੋਂ ਬਾਅਦ ਜਿਵੇਂ ਜਿਵੇਂ ਉਹ ਜੁਰਮ ਦੀ ਦੁਨੀਆ ਦੇ ਵਿੱਚ ਅੱਗੇ ਵਧਦਾ ਗਿਆ ਉਹ ਉਸਦੇ ਆਪਣੇ ਪਿੱਛੇ ਛੁੱਟਦੇ ਗਏ ਦੱਸਿਆ ਕਿ ਮਨਦੀਪ ਤੂਫਾਨ ਦੇ ਦੋ ਬੱਚੇ ਵੀ ਨੇ ਇੱਕ ਬੇਟਾ ਤੇ ਇੱਕ ਬੇਟੀ ਦੇ ਉਸਦੇ ਉਸਦੇ ਦੱਸੀਏ ਕਿ ਇੱਕ ਪਰਾਇਆ ਜੋ ਕਿ ਵਿਦੇਸ਼ ਦੇ ਵਿੱਚ ਰਹਿੰਦਾ ਹੈ ਤਾਂ ਉਸਦੇ ਘਰ ਵਿਖੇ ਉਸ ਜੱਤੀ ਪਿੰਡ ਵਿਖੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਇਹ ਦੱਸਦੀ ਹੈ ਕਿ ਮਨਦੀਪ ਤੂਫਾਨ ਦੇ ਪਿਤਾ ਤੇ ਉਸ ਨਾਲ ਹੀ ਉਸਦੇ ਦੋਸਤਾਂ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਹੁਣ ਬਾਜੂਆ ਇਹ ਕਿ ਸਰਕਾਰ ਪ੍ਰਸ਼ਾਸਨ ਨੇ ਮੇਰੇ ਨਾਲ ਧੋਖਾ ਕੀਤੀ ਕਿ ਕੀ ਸਰਕਾਰਾਂ ਜਿਹੜੀਆਂ ਸਰਕਾਰਾਂ ਜਿਹੜੀਆਂ ਫਿਰ ਜੂਜ ਕਰਦੀਆਂ ਇਹਨਾਂ ਨੂੰ ਜੀ ਜੂਜ ਸਰਕਾਰਾਂ ਜੂਜ ਕਰਨ ਜਾਂ ਨਾ ਕਰਨ ਨਾਲ ਕਿਹ ਪੁੱਤਾਂ ਨੂੰ ਬਣਾਉਂਦੀਆਂ ਗੱਲ ਨੱਕ ਕੈਨੂੰ ਬਣਾ ਕੇ ਫਿਰ ਆਪ ਹੀ ਪਕੌੜੇ ਕਰਾ ਕੇ ਤੇ ਆਪ ਹੀ ਕੀ ਰਾਜਨੀਤੀ ਤੌਰ ਤੇ ਜਿਹੜਾ ਹਾਂਜੀ ਤੁਸੀਂ ਕਦੋਂ ਮਿਲੇ ਸੀ ਉਹਨਾਂ ਨੂੰ ਇੱਕ ਮਹੀਨਾ ਬਈ ਨਾ ਤੇ ਕੀ ਉਹਨਾਂ ਨਾਲ ਵਿੱਚ ਕੀ ਹੋਈਆਂ ਸੀ ਗੱਲਾਂ ਆਂਦਾ ਇਹ ਮੈਨੂੰ ਪਹਿਲਾਂ ਦੋ ਤਿੰਨ ਦਿਨ ਲੜਾਈ ਕੀਤੀ ਉਹਨਾਂ ਨਾਲ ਅੱਛਾ ਜੀ ਮੈਂ ਆ ਕੇ ਨਾਲ ਵਕਰੇ ਵਕਰੇ ਦਾ ਦੋ ਬਰੋਨਾਂ ਵਕਰੇ ਨਹੀਂ ਗਈ ਕਿ ਕਾਇਕ ਤੇ ਦਾ ਰੱਖਿਆ ਪ੍ਰਸ਼ਾਸਨ ਨੇ ਜਾਨ ਅਸੀਂ 2009-10 ਤੋਂ ਅੰਦੇਸਾ ਸੂਚ ਇਕੱਠੇ ਪੜਿਆ 11-12 ਅਸੀਂ ਇਕੱਠੀਆਂ ਕੀਤੀਆਂ ਸਵੇਰ ਚ ਥੋੜਾ ਮਤਲਬ ਜੁਸ਼ੀਲਾ ਸੀ ਪਰ ਮਾੜੇ ਕੰਮ ਵੱਲ ਕਦੀ ਨਾ ਧਿਆਨ ਸੀ ਮੈਂ ਹੈ ਤੇ ਨਾ ਕਦੀ ਸੀ ਜਦ ਤੱਕ ਸਾਡੇ ਨਾਲ ਰਿਹਾ ਸਾਡੇ ਗਰੁੱਪ ਚ ਰਿਹਾ ਸੁਣਦੇ ਰਹੇ ਬਹੁਤ ਹੀ ਚੰਗਾ ਲੜਕਾ ਸੀ ਬਹੁਤ ਹੀ ਚੰਗਾ ਇਸ ਨਸ਼ਿਆਂ ਬਾਰੇ ਜੋ ਵੀ ਲੋਕੀ ਕਹਿੰ ਜਾਣ ਸਭ ਝੂਠ ਆ ਸਿਰਫ ਮਨਦੀਪ ਸਿੰਘ ਕਦੇ ਨਸ਼ੇ ਦੇ ਲਾਗੇ ਵੀ ਨਹੀਂ ਜਾਂਦਾ ਸਹੀ ਉਹਦੇ ਨਾਲ ਅਸੀਂ ਉਹਦੇ ਕਿਤੇ ਹੱਥ ਵੀ ਲਾਦ ਰਹੇ ਨਾ ਕਿਸੇ ਮੀਟ ਵਾਲੇ ਨਾਲ ਤੇ ਉਹ ਸਾਡੀ ਸੰਗਤ ਛੱਡ ਕੇ ਚਲ ਜਾਂਦਾ ਹੁੰਦਾ ਸੀ ਐਡਾ ਰੱਬ ਦੇ ਨਾਮ ਵਾਲਾ ਤੇ ਐਨਾ ਚੰਗਾ ਬੰਦਾ ਸੀ ਬਹੁਤ ਹੀ ਨਾਈਸ ਬਹੁਤ ਨਾਈਸ ਜੌਬ ਕਰਨੀ ਸੀ ਇਹ ਜਦੋਂ ਵੀ ਫੌਜ ਦੀ ਭਰਤੀ ਆਉਣੀ ਜਾਂ ਪੰਜਾਬ ਪੁਲਿਸ ਦੀ ਭਰਤੀ ਆਉਣੀ ਇਹ ਦੋ ਤਿੰਨ ਦਿਨਾਂ ਦੀ ਦੌੜ ਨਾਲ ਹੀ ਟੈਂਪਟ ਕਲੀਅਰ ਕਰ ਜਾਂਦਾ ਰਿਹਾ ਕਿਸਮਤ ਨੇ ਸਾਥ ਨਹੀਂ ਦਿੱਤਾ ਇਹ ਜੌਬ ਤੇ ਨਹੀਂ ਲੱਗ ਪਾਇਆ ਦੋ ਤਿੰਨ ਵਾਰੀ ਟੈਂਪਟ ਕਲੀਅਰ ਹੋ ਜਾਂਦਾ ਰਿਹਾ ਇਹਦੇ ਦੋ ਤਿੰਨ ਦੀ ਦੌੜ ਦੇ ਨਾਲ ਹੀ ਇਹਦਾ ਟੈਂਪਟ ਕਲੀਅਰ ਹੁੰਦਾ ਰਿਹਾ ਫੌਜ ਦੇ ਵੀ ਟੈਂਪਟ ਕਲੀਅਰ ਹਾ ਤੇ ਇਹਦੇ ਪੰਜਾਬ ਪੁਲਿਸ ਦੇ ਵੀ ਟੈਂਪਟ ਕਲੀਅਰ ਆ ਬਸ ਜਦੋਂ ਤੱਕ ਉਹ ਮਨਦੀਪ ਸਿੰਘ ਸੀ ਉਦੋਂ ਤੱਕ ਉਹ ਸਾਰਿਆਂ ਦੇ ਲਿੰਕ 'ਚ ਸੀ ਜਦੋਂ ਉਹ ਤੂਫਾਨ ਬਣ ਕੇ ਇਸ ਰਾਹ ਪਿਰ ਪਿਆ ਫਿਰ ਉਹ ਸਾਰੇ ਸਭ ਕੁਝ ਪਿੱਛੇ ਛੋੜਦਾ ਗਿਆ ਪਰ ਨਸ਼ੇ ਦਾ ਨਾਓ ਕਦੀ ਸੀ ਨਾ ਹੈ ਤੇ ਨਾ ਕਦੀ ਹੋਏਗਾ ਇੱਕ ਜੁਸ਼ੀਲਾ ਮੁੰਡਾ ਸੀ ਪਾਵਰ ਮਿਲੀ ਉਹ ਹੱਥ ਚ ਆਈ ਆਪੇ ਪਾਵਰ ਲੋਕਾਂ ਦੇਣ ਵਾਲੇ ਵੀ ਉਹ ਖੋਣ ਵਾਲੇ ਵੀ ਉਹ ਸ਼ਾਇਦ ਇਹ ਵੀ ਰਾਹ